ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਲੋਕਡਾਊਨ ਦੌਰਾਨ ਜਿਹੜਾ ਇਸ ਸਮੇਂ ਕਰੋਨਾ ਨਾਲ ਆਰਥਿਕ ਸੰਕਟ ਉੱਭਰ ਕੇ ਸਾਹਮਣੇ ਆਇਆ, ਉਸ ਨੂੰ ਰਿਕਵਰੀ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਵੀ ਲੋਕਡਾਊਨ ਖੋਲ੍ਹਿਆ ਗਿਆ ਤਾਂ ਕਿ ਜਿਹੜੀ ਗੱਡੀ ਹੈ ਉਹ ਲਾਈਨ 'ਤੇ ਆ ਸਕੇ ਅਤੇ ਲੋਕ ਆਪਣਾ ਕੰਮਕਾਜ ਸ਼ੁਰੂ ਕਰ ਸਕਣ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਜਾਰੀ ਹੁੰਦਾ ਹੈ ਕਿ ਵੀਕਐਂਡ ਦੇ ਉੱਪਰ ਅਤੇ ਜਿਹੜੇ ਹੋਰ ਹੋਲੀਡੇਜ਼ ਨੇ, ਸਰਕਾਰੀ ਹੋਲੀਡੇਜ਼, ਉਸ ਦੇ ਉੱਪਰ ਛੁੱਟੀਆਂ ਰਹਿਣਗੀਆਂ ਅਤੇ ਉਸ ਦੌਰਾਨ ਕੰਮਕਾਜ ਨਹੀਂ ਖੁੱਲ੍ਹੇਗਾ। ਸੋ ਸੈਚਰਡੇ ਸੰਡੇ ਜਿਹੜਾ ਇਸ ਸਮੇਂ ਗੁਜ਼ਰਿਆ, ਵਪਾਰਕ ਅਦਾਰਿਆਂ ਨੂੰ ਵੀ ਕਾਫੀ ਇਸ ਦੇ ਉੱਪਰ ਨੁਕਸਾਨ ਹੋਇਆ ਔਰ ਨਾਰਾਜ਼ਗੀ ਵੀ ਉਹਨਾਂ ਦੀ ਜ਼ਾਹਿਰ ਹੋਈ ਹੈ ਦੇਖਣ ਨੂੰ। ਸਾਡੇ ਨਾਲ ਇਸ ਮੁੱਦੇ 'ਤੇ ਚਰਚਾ ਕਰਨ ਲਈ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ, ਜਿਹੜਾ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਨਵਾਂ ਐਲਾਨ ਜਾਰੀ ਹੋਇਆ ਕਿ ਸੈਚਰਡੇ ਸੰਡੇ ਔਰ ਜਿਹੜੇ ਬਾਕੀ ਹੋਲੀਡੇਜ਼ ਨੇ ਵੀਕਐਂਡ 'ਤੇ ਲੋਕਡਾਊਨ ਰਹੇਗਾ, ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਸਾਹਮਣੇ ਆ ਰਿਹਾ? ਦੇਖੋ, ਬਹੁਤ ਲੰਬੇ ਲੋਕਡਾਊਨ ਤੋਂ ਬਾਅਦ ਅਨਲੋਕ ਕੀਤਾ ਗਿਆ ਸੀ। ਪਹਿਲਾਂ ਅਨਲੋਕ ਸਮਾਂ ਚੱਲ ਰਿਹਾ। ਪੰਜਾਬ ਸਰਕਾਰ ਪਤਾ ਨਹੀਂ ਕਨਫਿਊਜ਼ਡ ਹੋ ਗਈ ਜਾਂ ਕੀ ਕਾਰਨ ਨੇ, ਸਮਝ ਨਹੀਂ ਆ ਰਹੇ ਵੀ ਇਹਨਾਂ ਨੂੰ ਸਮਝ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਆ। ਇਹਨਾਂ ਨੇ ਇੱਕ ਆਰਡਰ ਜਾਰੀ ਕਰ ਦਿੱਤਾ ਵੀ 2 ਦਿਨ ਵੀਕਐਂਡ ਦੇ ਉੱਤੇ ਛੁੱਟੀ ਸਰਕਾਰੀ ਜਿਹੜੀ ਹੈ ਉਹ ਦਿਨ ਲੋਕਡਾਊਨ ਰਿਹਾ ਕਰੂ ਪੰਜਾਬ ਜੀ। ਸ਼ਨੀਵਾਰ ਅਤੇ ਐਤਵਾਰ 2 ਦਿਨ ਹੋ ਗਏ। 2 ਦਿਨ ਜਦੋਂ ਇਹ ਆਏ ਅਤੇ ਜਦੋਂ ਸੋਮਵਾਰ ਸ਼ਨੀਵਾਰ ਸਵੇਰੇ ਜਦੋਂ ਲੋਕਡਾਊਨ ਦਾ ਟਾਈਮ ਆਇਆ ਤਾਂ ਇਹਨਾਂ ਨੇ ਇੱਕ ਨਵਾਂ ਆਰਡਰ ਜਾਰੀ ਕਰਤਾ, ਨਹੀਂ ਜੀ ਦੁਕਾਨਾਂ ਖੁੱਲ੍ਹਣਗੀਆਂ, ਲੋਕ ਨਹੀਂ ਜਾ ਸਕਣਗੇ। ਫਿਰ ਥੋੜ੍ਹੇ ਜਿਹੇ ਆਰਡਰ ਆ ਜਾਂਦਾ ਵੀ ਲੋਕ ਵੀ ਜਾ ਸਕਣਗੇ, ਠੇਕੇ ਖੁੱਲ੍ਹਣਗੇ। ਸਮਝ ਨਹੀਂ ਆਉਂਦੀ ਵੀ ਇੱਕ ਇੱਕ ਆਰਡਰ ਨੂੰ 3-3 4 ਵਾਰੀ ਰਿਪੀਟ ਕਰਦੇ ਨੇ, ਚੇਂਜ ਕਰਦੇ ਨੇ। ਸਰਕਾਰ ਇੰਨੀ ਕਨਫਿਊਜ਼ਡ ਆ, ਅੱਜ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਸਮਝ ਨਹੀਂ ਉਹਨਾਂ ਨੂੰ ਆ ਰਹੀ ਵੀ ਕਰਨਾ ਕੀ ਆ। ਸਰਕਾਰ ਦਾ ਅਗਲਾ ਆਰਡਰ ਕਿਹੜੇ ਵੇਲੇ ਕੀ ਆ ਜਾਣਾ ਸਾਨੂੰ ਪਤਾ ਹੀ ਕਿਸੇ ਨੂੰ ਨਹੀਂ। ਇੰਨੇ ਲੰਮੇ ਸਮੇਂ ਤੋਂ ਬਾਅਦ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ, ਵਪਾਰਕ ਅਦਾਰਿਆਂ ਨੇ ਵਪਾਰ ਆਪਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਨੇ ਅਚਾਨਕ ਇਸ ਤਰ੍ਹਾਂ ਦਾ ਫੈਸਲਾ ਕਰਕੇ। ਮੈਨੂੰ ਇਹ ਦੱਸੋ ਪਹਿਲਾਂ ਵੀ ਇਹ ਜਿਹੜਾ 2 ਦਿਨ ਦਾ ਲੋਕਡਾਊਨ ਜਾਂ ਸਰਕਾਰੀ ਦਿਨ ਅਤੇ ਲੋਕਡਾਊਨ ਤੋਂ ਬਾਅਦ ਸੋਮਵਾਰ ਨੂੰ ਬੰਦਿਆਂ ਨੇ ਫਿਰ ਬੰਦਿਆਂ 'ਚ ਨਹੀਂ ਜਾਣਾ, ਸੁਸਾਇਟੀ 'ਚ ਨਹੀਂ ਜਾਣਾ? ਜੇ 5 ਦਿਨ ਸੁਸਾਇਟੀ 'ਚ ਰਹਿਣਾ, 2 ਦਿਨ ਘਰ ਰਹਿਣਾ, ਉਹਦਾ ਲਾਭ ਦੱਸਿਆ ਜਾਵੇ ਕੀ ਆ? ਕੋਈ ਮਾਹਰ ਦੱਸ ਦੇਵੇ, ਕੋਈ ਡਾਕਟਰ ਦੱਸ ਦੇਵੇ, ਕੋਈ ਸਰਕਾਰ ਦੱਸ ਦੇਵੇ, ਫਾਇਦਾ ਕੀ ਹੋਊਗਾ? ਸੋ ਇਹ ਸਰਕਾਰ ਬਿਲਕੁਲ ਕਨਫਿਊਜ਼ ਆ, ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੋਣਾ ਕੀ ਕਰਨਾ, ਕਿਉਂਕਿ ਸਰਕਾਰ ਕਿਤੇ ਦਿਖਦੀ ਨਹੀਂ। ਸਰ, ਨਾਲ ਦੀ ਨਾਲ ਜਿਹੜੇ ਪੂਰੇ ਹਫ਼ਤੇ ਦੇ ਵਿੱਚ ਜ਼ਰੂਰੀ ਵਸਤੂਆਂ, ਰੈਸਟੋਰੈਂਟ ਔਰ ਜਿਹੜੀ ਸ਼ਰਾਬ ਤੱਕ ਦੀ ਡਿਲੀਵਰੀ ਹੈ ਉਹ ਪੂਰੇ ਹਫ਼ਤੇ ਚਾਲੂ ਹੈ, ਔਰ ਲੇਕਿਨ ਜਿਹੜੇ ਬਾਕੀ ਵਪਾਰਕ ਅਦਾਰੇ ਨੇ ਉਹਨਾਂ ਦੀ ਇੱਕ ਟਾਈਮ ਦੀ ਰਿਸਟ੍ਰਿਕਸ਼ਨ ਲਗਾ ਦਿੱਤੀ ਗਈ ਹੈ। ਮੈਂ ਦੇਖੋ ਇਹੀ ਗੱਲ ਕਹਿੰਦਾ ਵੀ ਜਦੋਂ ਸਰਕਾਰ ਨੇ ਫੈਸਲਾ ਕਰਤਾ ਵੀ ਵਪਾਰਕ ਅਦਾਰਿਆਂ ਦੇ ਵਿੱਚ ਸ਼ਨੀਵਾਰ ਨੂੰ 5 ਵਜੇ ਬੰਦ ਹੋ ਜਾਣਗੇ, ਸੋਮਵਾਰ ਨੂੰ ਜਾ ਕੇ ਖੁੱਲ੍ਹਣਗੇ ਜੀ, ਦਾਰੂ ਦੇ ਠੇਕੇ ਖੁੱਲ੍ਹੇ ਰਹਿਣਗੇ, ਲੋਕਾਂ ਦੀ ਮੂਵਮੈਂਟ ਬੰਦ ਰਹੂਗੀ। ਲੋਕਾਂ ਦੀ ਮੂਵਮੈਂਟ ਕਿਵੇਂ ਬੰਦ ਹੋਊਗੀ? ਜਦ ਮੈਂ ਕਹਿੰਦਾ ਮੈਂ ਜਾ ਕਿਤੇ ਜਾ ਰਿਹਾ, ਮੈਂ ਕਿਤੇ ਹੋਰ ਵੀ ਜਾ ਰਿਹਾ ਹੋਵਾਂ, ਮੈਨੂੰ ਪੁਲਿਸ ਨੇ ਰੋਕ ਲਿਆ ਵੀ ਤੂੰ ਕਿਉਂ ਉਤਰਿਆ ਫਿਰਦਾ, ਮੈਂ ਕਹੂੰਗਾ ਮੈਂ ਤਾਂ ਦਾਰੂ ਲੈਣ ਚੱਲਿਆ ਜੀ, ਕਿਵੇਂ ਰੋਕੋਗੇ ਕਿਸੇ ਨੂੰ? ਜਦ ਤੁਹਾਡਾ ਠੇਕਾ ਖੁੱਲ੍ਹਾ ਦਾਰੂ ਦਾ, ਬੰਦੇ ਦੀ ਤੁਸੀਂ ਮੂਵਮੈਂਟ ਕਿਸ ਤਰ੍ਹਾਂ ਰੋਕ ਸਕਦੇ ਹੋ? ਸੋ ਤੁਹਾਡਾ ਫਿਰ ਤੁਸੀਂ ਪਹਿਲਾਂ ਵੀ ਤੁਹਾਨੂੰ ਹੋਮ ਡਿਲੀਵਰੀ ਹੋ ਸਕਦੀ ਹੈ ਜੀ ਰੈਸਟੋਰੈਂਟ ਤੋਂ, ਇੱਕ ਬੰਦਾ ਹੋਮ ਡਿਲੀਵਰੀ ਲੈ ਕੇ ਆ ਰਿਹਾ ਉਹ ਵੀ ਮੂਵਮੈਂਟ 'ਚ। ਸੋ ਮੂਵਮੈਂਟ ਰੋਕਣ ਦਾ ਮਤਲਬ ਤਾਂ ਤੁਸੀਂ ਜਾਂ ਤਾਂ ਲੋਕਡਾਊਨ ਕੀਤਾ ਮੂਵਮੈਂਟ ਰੋਕਣ ਵਾਸਤੇ, ਜਾਂ ਤਾਂ ਫਿਰ ਮੁਕੰਮਲ ਕਰੋ ਬਿਲਕੁਲ। ਅਤੇ ਜੇ ਤੁਸੀਂ ਕੁਛ ਨੂੰ ਛੱਡ ਦਿੱਤਾ, ਕੁਛ ਨੂੰ ਬੰਦ ਕਰ ਦਿੱਤਾ, ਤਾਂ ਫਿਰ ਤੁਹਾਡੀ ਲੋਕਡਾਊਨ ਦਾ ਅੱਗੇ ਦੇਖੋ ਮੇਨ ਲੋਕਡਾਊਨ ਵੀ ਇਹਨਾਂ ਦਾ ਇਸੇ ਕਰਕੇ ਫੇਲ ਹੋਇਆ। ਇਹਨਾਂ ਨੇ ਇੱਕ ਰਾਸ਼ਨ ਦੀ ਕਿੱਟ ਦਿੱਤੀ ਜੀ ਅਧੂਰੀ, ਉਹਦੇ ਵਿੱਚ ਆਟਾ ਦੇ ਦਿੱਤਾ, ਉਹ 'ਚ ਦਾਲ ਦੇ ਦਿੱਤੀ, ਉਹ 'ਚ ਖੰਡ ਦੇ ਦਿੱਤੀ, ਨਾ ਨਮਕ, ਨਾ ਮਿਰਚ, ਨਾ ਤੇਲ, ਨਾ ਚਾਹ ਪੱਤੀ, ਨਾ ਕੁਛ ਹੋਰ। ਦੇਖੋ ਅਧੂਰੀ ਜੀ ਕਿੱਟ ਗਈ, ਇਹਨਾਂ ਨੇ ਆਟੇ ਦੇ ਫੱਕੇ ਮਾਰਨੇ ਆ ਜਾਂ ਦਾਲ ਭਿਉਂ ਕੇ ਖਾਣੀ ਆ? ਤੁਸੀਂ ਪੂਰੀ ਚੀਜ਼ ਦੋ 'ਚ ਦੇਣ ਲੱਗੇ ਹੋ, ਤੁਸੀਂ ਲੋਕਾਂ ਨੂੰ, ਗਰੀਬਾਂ ਨੂੰ ਮਜ਼ਾਕ ਕਿਉਂ ਕਰਦੇ ਹੋ? ਇਹਨਾਂ ਨੇ ਗਰੀਬਾਂ ਦੀ ਜਿਹੜੀ ਮਜ਼ਬੂਰੀ ਦਾ ਬਹੁਤ ਜ਼ਿਆਦਾ ਭਿਅੰਕਰ ਤਰੀਕੇ ਦੇ ਨਾਲ ਲੋਕਾਂ ਨੂੰ ਮਜ਼ਾਕ ਕੀਤਾ। ਰਾਸ਼ਨ ਦੇ ਨਹੀਂ ਸਕੇ, ਉੱਥੇ ਇਹਨਾਂ ਨੇ ਆਪਣੇ ਵੋਟਰ ਕਾਰਡ ਮੰਗਣ ਲੱਗ ਗਏ। ਇਹਨਾਂ ਦੀ ਵਜ੍ਹਾ ਕਰਕੇ ਇੱਕ ਪਰਿਵਾਰ ਦਾ ਮੁਖੀ ਵਿਚਾਰਾ ਸੁਸਾਈਡ ਕਰ ਗਿਆ। ਹਜ਼ਾਰਾਂ ਨੇ ਲੱਖਾਂ ਦੀ ਤਾਦਾਦ 'ਚ ਲੋਕ ਪੈਦਲ ਤੁਰ ਪਏ, 1600-1600, 1200-1200 ਕਿਲੋਮੀਟਰ ਬੱਚਿਆਂ ਨੂੰ ਗੋਦੀ ਚੱਕ ਕੇ ਸਿਰ ਦੇ ਉੱਤੇ ਗੱਡੀ ਰੱਖ ਕੇ, ਕਿੱਡਾ ਕਿੱਡਾ ਵੱਡਾ ਉਹਨਾਂ ਨੇ ਵਿਚਾਰੇ ਨੇ ਜਿਗਰਾ ਰੱਖ ਕੇ ਫੈਸਲਾ ਕੀਤਾ ਹੋਊ, ਭੁੱਖੇ ਮਰਨ ਨਾਲੋਂ ਆਪਣੇ ਪ੍ਰਦੇਸ਼ ਜਾਂਦੇ ਆ, ਕਿਉਂਕਿ ਬਾਹਰ ਜਾ ਨਹੀਂ ਸਕਦੇ, ਘਰੇ ਰਾਸ਼ਨ ਹੈ ਨਹੀਂ, ਤਾਂ ਫਿਰ ਇੱਕੋ ਹੀ ਆਪਸ਼ਨ ਬਚਦਾ, ਜੇ ਬਾਹਰ ਨਿਕਲਦੇ ਆ ਡੰਡੇ ਵੱਜਦੇ ਆ, ਬਿਲਕੁਲ, ਅੰਦਰ ਬੈਠੇ ਆ ਤਾਂ ਬੱਚੇ ਸਿਸਕਦੇ ਆ ਰੋਟੀ ਤੋਂ, ਇਹ ਕਹਿੰਦੇ ਸਾਨੂੰ ਵੋਟਰ ਕਾਰਡ ਦਿਖਾਓ, ਅਤੇ ਜਦੋਂ ਰੋਟੀ ਨਹੀਂ, ਫਿਰ ਅਗਲੇ ਰਾਤ ਨੂੰ 10 ਵਜੇ 11 ਵਜੇ ਕੋਈ ਸਾਈਕਲ ਖਰੀਦ ਲੈ ਕੇ ਤੁਰ ਰਿਹਾ, ਕੋਈ ਪੈਦਲ ਤੁਰ ਰਿਹਾ, ਕੋਈ ਨੰਗੇ ਪੈਰੀ ਤੁਰ ਰਿਹਾ, ਕੋਈ ਚੱਪਲਾਂ ਨਾਲ ਤੁਰ ਰਿਹਾ। ਦੱਸੋ, ਪੰਜਾਬ ਜਿਹੜਾ ਗੁਰੂ ਪੀਰ ਪੈਗੰਬਰਾਂ ਦੀ ਧਰਤੀ ਆ, ਜਿਹੜੀ ਇਸ ਗੱਲ ਲਈ ਮਸ਼ਹੂਰ ਆ ਵੀ ਇੱਥੇ ਕੋਈ ਭੁੱਖਾ ਨਹੀਂ ਸੌ ਸਕਦਾ, ਉਸ ਧਰਤੀ 'ਤੇ ਇਸ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਦੇ ਨਾਲ ਜ਼ੁਲਮ ਹੋਇਆ, ਭੁੱਖਿਆ ਸੌਣਾ ਪਿਆ,
ਭੁੱਖ ਦੇ ਕਾਰਨ ਕਰਕੇ ਪਲਾਨ ਕਰਨਾ ਪਿਆ। ਅੱਜ ਕਹਿੰਦੇ ਆ ਜਾਓ, ਕਿੱਥੋਂ ਆ ਜਾਓ? ਅਗਲਾ ਤੁਹਾਡੇ 'ਤੇ ਯਕੀਨ ਕੌਣ ਕਰੂਗਾ? ਬਿਲਕੁਲ ਤੁਹਾਡਾ ਕੌਣ ਯਕੀਨ ਕਰੂ? ਤੁਸੀਂ ਰਾਸ਼ਨ ਦੇਣ ਵੇਲੇ ਤਾਂ ਦਿੱਤਾ ਨਹੀਂ, ਅੱਜ ਤੁਸੀਂ ਜੇ ਤੁਹਾਡੇ ਕੋਲ ਆ ਵੀ ਜਾਣ, ਤੁਸੀਂ ਕਹਿਣਗੇ ਹੁਣ ਤੁਸੀਂ ਤਾਂ ਕੰਮ ਕਰਦੇ ਹੋ ਜੀ, ਇੰਡਸਟਰੀ 'ਚ ਲੱਗੇ ਹੋਏ ਹੋ, ਤੁਸੀਂ ਤਾਂ ਝੋਨਾ ਲਾ ਰਹੇ ਹੋ, ਤੁਹਾਨੂੰ ਕੀ ਰਾਸ਼ਨ ਦੀ ਲੋੜ ਆ? ਫਿਰ ਤੁਸੀਂ ਉਹੀ ਕਹੋਗੇ, ਜਦਕਿ ਇਸ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਜ ਬਹੁਤ ਵੱਡੀ, ਮੈਂ ਪਹਿਲਾਂ ਕਿਹਾ ਸੀ ਉਸ ਵੇਲੇ ਜਦੋਂ ਇਹ ਦਿਨ ਚੱਲਦੇ ਸੀ, ਮੈਂ ਇੱਕ ਦਿਨ ਕਿਸੇ ਇੰਟਰਵਿਊ 'ਚ ਕਿਹਾ ਸੀ ਵੀ ਇਹ ਆ ਲੋਕਡਾਊਨ ਤਾਂ ਖੁੱਲ੍ਹ ਜਾਣਾ ਬਿਲਕੁਲ, ਪਰ ਇਦੋਂ ਬਾਅਦ ਜਿਹੜਾ ਇੰਡਸਟਰੀ ਨੂੰ ਲੋਕਡਾਊਨ ਲੱਗਣਾ, ਇਹਨਾਂ ਦੀ ਵਜ੍ਹਾ ਕਰਕੇ, ਕਾਂਗਰਸ ਦੇ ਲੀਡਰਾਂ ਦੀ ਵਜ੍ਹਾ ਕਰਕੇ, ਜਿਹੜੇ ਰਾਸ਼ਨ ਵੰਡਣ ਦੇ ਵਿੱਚ ਵਿਤਕਰਾ ਕਰਦੇ ਨੇ, ਜਿਹੜੇ ਵੋਟਰ ਕਾਰਡ ਮੰਗਦੇ ਨੇ, ਇਹਨਾਂ ਦੀ ਵਜ੍ਹਾ ਕਰਕੇ ਇੱਕ ਲੋਕਡਾਊਨ ਇੰਡਸਟਰੀ ਵਿੱਚ ਲੱਗਣਾ, ਇੱਕ ਲੋਕਡਾਊਨ ਸਾਡੀ ਇੰਡਸਟਰੀ ਖੇਤੀ ਵਿੱਚ ਲੱਗਣਾ, ਉਹ ਇਹਦੇ ਜ਼ਿੰਮੇਵਾਰ ਕਾਂਗਰਸ ਦੇ ਲੀਡਰ, ਕਾਂਗਰਸ ਦੀ ਸਰਕਾਰ ਹੋ। ਜਦਕਿ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲਿਆਉਣ ਦੀ ਕਵਾਇਤ ਵੀ ਸ਼ੁਰੂ ਹੋ ਗਈ ਹੈ, ਪ੍ਰਵਾਸੀਆਂ ਨੂੰ ਵੱਡੀ ਤਾਦਾਦ 'ਚ ਵਾਪਸੀ ਵੀ ਕਰ ਰਹੇ ਹੈ, ਔਰ ਦੂਜੇ ਪਾਸੇ ਕੰਟੇਨਮੈਂਟ ਜ਼ੋਨ ਵੀ ਬਣ ਰਹੇ ਹੈ, ਔਰ ਕਰੋਨਾ ਦਾ ਫੈਲਾਅ ਵੀ ਲਗਾਤਾਰ ਜਾਰੀ ਹੈ। ਲੱਗਦਾ ਹੈ ਕਿ ਇਹ ਡਰ ਕਰੋਨਾ ਦਾ ਉਹਨਾਂ ਦੇ ਮਨ 'ਚੋਂ ਨਿਕਲੇਗਾ, ਔਰ ਜਿਸ ਕਾਰਨ ਤੋਂ ਇੱਥੋਂ ਮੂਵ ਕੀਤੇ ਸੀ ਉਹ ਕਾਰਨ ਕਿਤੇ ਨਾ ਕਿਤੇ ਭਰਪਾਈ ਹੋ ਸਕੇਗੀ? ਉਹ ਕਾਰਨ ਤਾਂ ਸਭ ਸਿਆ ਸੀਗਾ ਵੀ ਇਹਨੇ ਰਾਸ਼ਨ ਨਹੀਂ ਦਿੱਤਾ, ਉਹ ਚਲੇ ਗਏ। ਬਿਲਕੁਲ, ਜੇ ਵੇਖੋ ਭੁੱਖ ਸਭ ਤੋਂ ਵੱਡਾ ਦੁੱਖ ਬੰਦੇ ਨੂੰ ਭੁੱਖ ਦਾ ਹੁੰਦਾ। ਬਿਲਕੁਲ, ਜੇ ਅਗਲਾ ਜੀ ਭੁੱਖ ਨਹੀਂ ਪੂਰੀ, ਜੇ ਐਡੀ ਦੂਰੋਂ ਚੱਲ ਕੇ ਕਾਹਦੇ ਵਾਸਤੇ ਆਏ? ਭੁੱਖ ਮਿਟਾਉਣ ਵਾਸਤੇ ਆਏ ਨਾ। ਜੇ ਐਡੀ ਦੂਰੋਂ ਆ ਕੇ ਵੀ ਇੱਥੇ ਭੁੱਖੇ ਮਰਨਾ, ਫਿਰ ਲੰਘਣਾ ਅਗਲੇ ਪ੍ਰਦੇਸ਼ ਜਾ ਕੇ ਮਰਦੇ ਆ, ਭੁੱਖੇ 'ਚ ਮਰਨਾ ਹੀ ਆ, ਇਹਨਾਂ 'ਤੇ ਕਿਉਂ ਕਿਉਂ ਮਰੀਏ? ਆਸਾਰ ਕਿਉਂ ਲਈਏ? ਇਹਨਾਂ ਨੇ ਸਾਡੇ ਮੱਥੇ ਦੇ ਉੱਤੇ, ਪੰਜਾਬ ਪੰਜਾਬੀਆਂ ਦੇ ਮੱਥੇ ਦੇ ਉੱਤੇ ਕਾਂਗਰਸ ਨੇ ਕਲੰਕ ਲਾ ਤਾ, ਕਿਉਂਕਿ ਇਹਨਾਂ ਨੂੰ ਸੇਵਾ ਦਾ ਕੋਈ ਪਤਾ ਨਹੀਂ, ਸੇਵਾ ਦੇ ਮੈਥਡ ਦਾ ਹੀ ਨਹੀਂ ਪਤਾ, ਸੇਵਾ ਕਰਨਾ ਜਾਣਦੇ ਹੀ ਨਹੀਂ ਇਹ। ਇਹਨਾਂ ਦੇ ਜੀਵਨ 'ਚ ਕਦੇ ਸੇਵਾ ਕੀਤੀ ਨਹੀਂ, ਇਹਨਾਂ ਨੇ ਤਾਂ ਸੇਵਾ ਕਰਨ ਵਾਲੇ ਸਥਾਨਾਂ 'ਤੇ ਟੈਂਕ ਜ਼ਰੂਰ ਚੜਾਏ ਨੇ, ਸੇਵਾ ਨਹੀਂ ਕੀਤੀ। ਸੇਵਾ ਦੇ ਸਥਾਨਾਂ 'ਤੇ ਟੈਂਕ ਚੜਾ ਕੇ ਉੱਥੇ ਇਹਨਾਂ ਨੇ ਘਾਣ ਜ਼ਰੂਰ ਕੀਤਾ, ਇਹਨਾਂ ਕੋਲ ਸੇਵਾ ਦੀ ਕੋਈ ਭਾਵਨਾ ਨਹੀਂ, ਨਾ ਸੇਵਾ ਕਰ ਸਕਦੇ ਨੇ, ਨਾ ਇਹਨਾਂ ਦੇ ਖੂਨ ਵਿੱਚ ਸੇਵਾ, ਇਹਨਾਂ ਦੇ ਖੂਨ ਵਿੱਚ ਲੁੱਟਣਾ। ਇਹ ਤਾਂ ਵਪਾਰ ਕਰਨ ਵਾਸਤੇ ਆਉਂਦੇ ਨੇ, ਇਹ ਤਾਂ ਧਾੜਵੀ ਬਣ ਕੇ ਆਉਂਦੇ ਨੇ ਜਦੋਂ ਸਰਕਾਰ ਬਣਦੀ ਹੈ ਇਹਨਾਂ ਦੀ, ਇਹ ਤਾਂ ਧਾੜਵੀ ਜਿਵੇਂ ਅਹਿਮਦ ਸ਼ਾਹ ਅਬਦਾਲੀ ਜਾਂ ਹੋਰ ਮੱਸਾ ਰੰਗੜ ਵਗੈਰਾ ਆਉਂਦੇ ਸੀ ਨਾ ਪੰਜਾਬ ਨੂੰ ਲੁੱਟ ਕੇ ਲੈ ਜਾਂਦੇ ਸੀ, ਇਹ ਤਾਂ ਲੁੱਟਣ ਵਾਸਤੇ ਆਏ ਆ। ਇਹਨਾਂ ਨੇ ਦੇਖੋ 5500 ਕਰੋੜ ਦੀ ਦਾਰੂ ਵੇਚੀ, ਘਾਟਾ ਪੈ ਗਿਆ। ਰੇਤਾ ਇਹਨਾਂ ਨੇ ਵੇਚਤਾ ਲੋਕਡਾਊਨ 'ਚ, ਰਾਸ਼ਨ ਇਹਨਾਂ ਨੇ ਵੇਚਤਾ ਲੋਕਡਾਊਨ 'ਚ, ਇਹਨਾਂ ਨੇ ਤਾਂ ਰਾਸ਼ ਇਹਨਾਂ ਵਾਸਤੇ ਤਾਂ ਇੱਕ ਲੋਕਡਾਊਨ ਇਹ ਇੱਕ ਬਹੁਤ ਖੂਬਸੂਰਤ ਚੀਜ਼ ਬਣ ਕੇ ਆਈ ਆ। ਇਹਨਾਂ ਨੇ ਤਾਂ ਉਸ ਸਮੇਂ 'ਚ ਵਪਾਰ ਕੀਤਾ, 5500 ਕਰੋੜ ਰੁਪਏ ਦੀ ਦਾਰੂ ਲੋਕਡਾਊਨ ਇੱਕ ਪਾਸੇ। ਅੱਜ ਪੰਜਾਬ ਦੇ ਵਿੱਚ ਠੇਕੇ ਖੋਲ੍ਹੇ, ਦਿੱਲੀ ਨੇ ਵੀ ਖੋਲ੍ਹੇ ਸੀ, ਦਿੱਲੀ 'ਚ ਠੇਕੇ ਖੋਲ੍ਹੇ, 2 ਕਿਲੋਮੀਟਰ ਦੀ ਲਾਈਨ ਲੱਗ ਗਈ। ਪੰਜਾਬ 'ਚ ਠੇਕਾ ਖੋਲ੍ਹਿਆ, ਕੋਈ ਪੁੱਛਣ ਨਹੀਂ, ਫਿਰ ਮੈਂ ਉਹ ਨਹੀਂ ਕਹਿਣਾ ਇਹਨਾਂ ਨੂੰ ਠੇਕੇ ਵਾਲਿਆਂ ਨੂੰ ਤੁਸੀਂ ਕਾਹਦੇ ਵਾਸਤੇ ਖੋਲ੍ਹੀ ਬੈਠੇ ਹੋ, ਕਿਉਂ ਨਹੀਂ? ਕਿਉਂਕਿ ਘਰ ਘਰ ਦਾਰੂ ਤਾਂ ਪਹੁੰਚਾਤੇ ਸੀ ਕਾਂਗਰਸੀਆਂ ਨੇ, ਹਰੇਕ ਘਰ ਦੇ ਵਿੱਚ ਦਾਰੂ ਇਹਨਾਂ ਨੇ ਲੋਕਡਾਊਨ ਦੇ ਵਿੱਚ ਪਹੁੰਚਾਈ। ਸੋ ਇਸ ਕਰਕੇ ਇਹ ਜਿਹੜੇ ਨੇ ਨਾ, ਇਹਨਾਂ ਕੋਲ ਸੇਵਾ ਭਾਵਨਾ ਨਹੀਂ, ਇਹ ਨਿਰਦਈ ਲੋਕ ਨੇ। ਇਹਨਾਂ ਨੇ ਦੇਖੋ, ਕੋਈ ਬੰਦਾ ਤੁਹਾਡੇ ਕੋਲ ਰਾਸ਼ਨ ਮੰਗਣ ਆ ਗਿਆ, ਮਜਬੂਰੀ ਹੋਊਗੀ, ਉਹਨੂੰ ਕਹਿੰਦੇ ਤੂੰ ਵੋਟਰ ਕਾਰਡ ਦੇ, ਤੇਰੇ ਕੋਲ ਵੋਟਰ ਕਾਰਡ ਨਹੀਂ ਤਾਂ 1905 'ਤੇ ਫੋਨ ਕਰ। 1905 ਦਾ ਫੋਨ ਹੀ ਨਹੀਂ ਲੱਗਦਾ ਸੀ, ਜੇ ਲੱਗ ਵੀ ਗਿਆ ਉਹਨੂੰ ਮਿਲਿਆ ਫਿਰ ਵੀ ਨਹੀਂ, ਫਿਰ ਵੀ ਇਹਨਾਂ ਦੀ ਪਰਚੀ 'ਤੇ ਮਿਲਿਆ। ਸੋ ਇਸ ਕਰਕੇ ਇਹਨਾਂ ਨੇ ਜੋ ਨਿਰਦਈਪੁਣਾ ਕੀਤਾ, ਇਹਨਾਂ ਨੂੰ ਲੋਕਾਂ ਨੇ ਤਾਂ ਸਜ਼ਾ ਦੇਣੀ ਦੇਣੀ ਹੈ, ਪਰਮਾਤਮਾ ਬਹੁਤ ਵੱਡੀ ਸਜ਼ਾ ਦੇਊਗਾ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਹੁਣ ਪ੍ਰਵਾਸੀਆਂ ਦੀ ਰਵਾਨਗੀ ਇੱਧਰ ਨੂੰ ਹੋ ਚੁੱਕੀ ਹੈ, ਔਰ ਲੇਬਰ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿ ਉਹਦੇ ਕਰਕੇ ਇੰਡਸਟਰੀ ਚੱਲਣ ਯੋਗ ਹੌਲੀ ਹੌਲੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਰਹੀ ਹੈ, ਜੇ ਨਹੀਂ ਆਉਂਦੇ ਤਾਂ ਉਹਨਾਂ ਵਾਲੇ ਸਮੇਂ 'ਚ ਕਿਹੜੇ ਸਿੱਟੇ ਸਾਨੂੰ ਦੇਖਣ ਨੂੰ ਮਿਲ ਸਕਦੇ ਆ? ਦੇਖੋ, ਇਹ ਸਮੇਂ ਦੇ ਦੌਰਾਨ ਜੋ ਨੁਕਸਾਨ ਹੋਇਆ ਉਹ ਤਾਂ ਹੋਇਆ। ਬਿਲਕੁਲ, ਜਿਹੜਾ ਹੁਣ ਪੀਰੀਅਡ ਆਉਣਾ ਅੱਗੇ, ਉਹਦੇ ਵਿੱਚ ਸਾਡਾ ਜਿਹੜਾ ਮਿਡਲ ਕਲਾਸ ਆ, ਜਿਹੜਾ ਦੁਕਾਨਦਾਰ ਆ, ਜਿਹੜਾ ਛੋਟਾ ਵਪਾਰੀ ਆ, ਜਿਹੜਾ ਛੋਟਾ ਕਾਰਖਾਨੇਦਾਰ ਆ, ਉਹਦਾ ਬਹੁਤ ਵੱਡਾ ਨੁਕਸਾਨ ਹੋਣਾ, ਕਿਉਂਕਿ ਉਹਨੂੰ ਨਾ ਤਾਂ ਸਰਕਾਰ ਨੇ ਵਾਂਹ ਫੜੀ ਉਹਦੀ। ਬਿਲਕੁਲ, ਸਰਕਾਰ ਨੇ ਤਾਂ ਬਿੱਲ ਭੇਜਤੇ ਬਿਜਲੀ ਦੇ, ਜਿਹੜਾ ਸਾਡਾ ਟੈਕਸੀ ਡਰਾਈਵਰ ਆ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੇ ਟੈਕਸ ਜਮ੍ਹਾਂ ਕਰਾਓ, ਜਿਹੜਾ ਵੀ ਵਪਾਰ ਕਰਦਾ ਕਿਸੇ ਕਿਸਮ ਦਾ ਉਹਨੂੰ ਇਹਨਾਂ ਨੇ ਆਪਣੇ ਜੋ ਇਹਨਾਂ ਦੇ ਬਿੱਲ, ਚਾਹੇ ਕੋਈ ਟੈਕਸ ਦੇ, GST ਦੇ, ਜੇ ਬੋ ਦੇ, ਸਾਰਾ ਕੁਛ ਮੰਗੀ ਜਾਂਦੇ ਆਪਦਾ ਤਾਂ ਠੇਕਾ ਵੀ ਤਾਂ ਹੀ ਖੋਲ੍ਹਿਆ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਆਮਦਨ ਆ। ਤੁਸੀਂ ਦੁਕਾਨਦਾਰ ਨੂੰ ਕਹਿੰਦੇ ਘਰੇਲੂ ਦੁਕਾਨਦਾਰ ਤਾਂ ਬੰਦ ਕਰਕੇ ਰੱਖੋ ਆਪਣੀ ਦੁਕਾਨ, ਤੁਸੀਂ ਨਹੀਂ ਖੋਲ੍ਹ ਸਕਦੇ, ਤੁਸੀਂ ਕਰਿਆਨਾ ਨਹੀਂ ਵੇਚ ਸਕਦੇ, ਤੁਸੀਂ ਆਂਡੇ ਦੀ ਦੁਕਾਨ ਨਹੀਂ ਖੋਲ੍ਹ ਸਕਦੇ, ਤੁਸੀਂ ਮੀਟ ਦੀ ਦੁਕਾਨ ਨਹੀਂ ਖੋਲ੍ਹ ਸਕਦੇ, ਆਪਦਾ ਠੇਕਾ ਖੁੱਲ੍ਹਿਆ ਵੀ ਸਾਨੂੰ ਆਮਦਨ ਹੋ ਜਾਵੇ, ਇਹ ਮਰਦਾ ਮਰੇ। ਇਹਨਾਂ ਦੀ ਪੋਲਿਸੀ ਦੇ ਅਨੁਸਾਰ ਆਉਣ ਵਾਲਾ ਸਮਾਂ ਬੜਾ ਭਿਅੰਕਰ ਹੋਊਗਾ, ਕਿਉਂਕਿ ਸਰਕਾਰ ਦਾ ਕੋਈ ਇੰਟਰਸਟ ਨਹੀਂ, ਸਰਕਾਰ ਨੂੰ ਪਤਾ ਵੀ ਅਸੀਂ 1.5 ਸਾਲ ਤੋਂ ਵੱਧ ਰਹਿ ਨਹੀਂ ਸਕਦੇ, ਸਾਡਾ ਸਮਾਂ ਖਤਮ ਆ, ਅਸੀਂ ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਅਸੀਂ ਝੂਠ ਬੋਲ ਕੇ ਸਰਕਾਰ ਬਣਾਈ ਸੀ, ਹੁਣ ਇਦੋਂ ਵੱਧ ਝੂਠ ਵੀ ਨਹੀਂ ਬੋਲ ਸਕਦੇ। ਬਿਲਕੁਲ, ਜਿੰਨਾ ਝੂਠ ਬੋਲ ਕੇ ਸਰਕਾਰ ਬਣਾਈ ਸੀ ਹੁਣ ਇਦੋਂ ਵੱਧ ਤਾਂ ਝੂਠ ਬੋਲਿਆ ਨਹੀਂ ਜਾਣਾ। ਸੋ ਇਸ ਕਰਕੇ ਇਹਨਾਂ ਨੂੰ ਪਤਾ ਵੀ ਸਾਡਾ ਅੰਤ ਆ, ਇਹ ਤਾਂ ਲੁੱਟਣ 'ਤੇ ਲੱਗ ਗਏ, ਇਹ ਤਾਂ ਕਰੋਨਾ ਦੇ ਵਿੱਚ ਵੀ ਇਹਨਾਂ ਨੇ ਆਪਣੇ ਘਰ ਭਰ ਲਏ, ਰਾਸ਼ਨ ਵੀ ਵੇਚ ਲਿਆ ਕਰੋਨਾ ਦੌਰਾਨ। ਹੁਣ ਢਿੱਲੋਂ ਸਾਹਿਬ, ਇੱਕ ਆਪਾਂ ਨੂੰ ਲੋਕ ਸੜਕਾਂ ਦੇ ਉੱਤਰ ਆਏ, ਆਪਦੇ ਧਰਨੇ ਲੱਗ ਰਹੇ, ਜਗ੍ਹਾ ਜਗ੍ਹਾ ਦੇਖਣ ਨੂੰ ਮਿਲ ਰਿਹਾ, ਔਰ ਦੂਜੇ ਪਾਸੇ ਕੰਟੇਨਮੈਂਟ ਜ਼ੋਨ ਬਣ ਰਹੇ,
ਸਰਕਾਰ ਨੇ ਕੁਛ ਨਹੀਂ ਕਰਨਾ, ਆਪਣਾ ਬਚਾਅ ਆਪ ਕਰੋ। ਜੋ ਮਾਹਰ ਕਹਿੰਦੇ ਨੇ, ਜਿਹੜਾ ਫਿਜੀਕਲ ਡਿਸਟੈਂਸ ਬਣਾ ਕੇ ਰੱਖੋ, ਮਾਸਕ ਲਾ ਕੇ ਰੱਖੋ, ਹੱਥ ਵਾਰ ਵਾਰ ਧੋਵੋ, ਔਰ ਬਾਹਰਲੀਆਂ ਬਾਹਰੀਆਂ ਵਸਤੂਆਂ ਨਾ ਖਾਓ, ਲੋਕਾਂ ਦੇ ਸੰਪਰਕ ਵਿੱਚ ਨਾ ਜਾਓ, ਭੀੜ ਭੜੱਕੇ ਵਾਲੇ ਸਥਾਨ 'ਤੇ ਨਾ ਜਾਓ। ਇਹ ਤੁਸੀਂ ਆਪਣਾ ਬਚਾਅ ਆਪ ਕਰ ਲਓ। ਸਰਕਾਰ ਦੇ ਸਿਰ 'ਤੇ ਰਹੋਗੇ ਤਾਂ ਬਹੁਤ ਨੁਕਸਾਨ ਹੋਊਗਾ। ਇਹ ਸਰਕਾਰ ਦਾ ਹਾਲ ਦੇਖ ਲਓ, ਮੁੱਖ ਮੰਤਰੀ ਪਤਾ ਨਹੀਂ ਕਿੱਥੇ ਆ, ਸਿਹਤ ਮੰਤਰੀ ਕਹਿੰਦੇ ਮੈਨੂੰ ਕੋਈ ਮਿਲ ਨਹੀਂ ਸਕਦਾ। ਸੋ ਇਸ ਕਰਕੇ ਇਹ ਸਰਕਾਰ ਨਾਲ, ਸਰਕਾਰ ਦੇ ਅਫਸਰ, ਇਹ ਸਾਰਿਆਂ 'ਤੇ ਭਰੋਸੇ ਰਹਾਂਗੇ ਅਤੇ ਫਿਰ ਨੁਕਸਾਨ ਹੋਊਗਾ। ਸੋ ਤੁਹਾਨੂੰ ਆਪ ਮੇਰੀ ਬੇਨਤੀ ਹੱਥ ਬੰਨ ਕੇ ਵੀ ਆਪਣਾ ਬਚਾਅ ਆਪ ਕਰੋ। ਜਿਵੇਂ ਲਿਖਿਆ ਹੁੰਦਾ ਨਾ, ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਆ, ਤੁਸੀਂ ਆਪਣੇ ਸਰੀਰ ਦੇ, ਆਪਣੇ ਪਰਿਵਾਰ ਦੇ ਆਪ ਜ਼ਿੰਮੇਵਾਰ ਹੋ। ਸੋ ਆਪ ਜ਼ਿੰਮੇਵਾਰ ਬਣ ਕੇ, ਸਿਆਣੇ ਬਣ ਕੇ, ਜੋ ਵਿਸ਼ਵ ਦੇ ਮਾਹਰਾਂ ਨੇ ਸਾਨੂੰ ਕਿਹਾ ਵੀ ਭਾਈ ਬਚ ਕੇ ਰਹੋ, ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰੋ। ਸਰਕਾਰ ਦੇ ਵੇਲੇ ਅੱਜ ਧਰਨੇ ਧੁਰਨੇ ਲਾ ਲਾਂਗੇ, ਕੋਈ ਗੱਲ ਨਹੀਂ, ਫਿਰ ਸਮਾਂ ਆਊਗਾ। ਹੁਣ ਧਰਨੇ ਧੁਰਨੇ ਚੱਕ 'ਚ ਨਾ ਪਾਓ। ਜਿਹੜਾ ਸਰਕਾਰ ਪ੍ਰਤੀ ਆਪਾਂ ਰੋਸ ਕਰਨਾ, ਉਹਨੂੰ ਢੰਗ ਸਿਰ ਕਰੋ। ਸਰਕਾਰ ਠੀਕ ਹੈ, ਸਾਨੂੰ ਪਤਾ, ਨਾ ਤਾਂ ਨਰਸਾਂ ਨੂੰ, ਡਾਕਟਰਾਂ ਨੂੰ, ਨਾ ਸਫਾਈ ਸੇਵਕਾਂ ਨੂੰ, ਨਾ ਕਰਮਚਾਰੀਆਂ ਨੂੰ। ਹੁਣ ਕਾਰਪੋਰੇਸ਼ਨ ਵਾਲੇ ਕਰਮਚਾਰੀਆਂ ਨੂੰ ਕਹਿੰਦੇ ਜੀ ਤੁਸੀਂ ਜਾ ਕੇ ਘਰ ਘਰ ਸਰਵੇ ਕਰੋ, ਉਹਨਾਂ ਕੋਲ ਵਿਚਾਰਿਆਂ ਕੋਲ ਕੋਈ ਸਾਜੋ ਸਮਾਨ ਤਾਂ ਹੈ ਨਹੀਂ, ਜਿਹੜਾ ਜਿਹਦੇ ਨਾਲ ਆਪਣੇ ਆਪ ਨੂੰ ਬਚਾਅ ਰੱਖ ਸਕਣ। ਸੋ ਇਹ ਤਾਂ ਉਹਨਾਂ 'ਤੇ ਜ਼ਬਰਦਸਤੀ ਥੋਪੇ ਜਾ ਰਹੇ ਨੇ ਫੈਸਲੇ। ਸੋ ਇਹ ਜਿਹੜੇ ਆ, ਚੰਗੀ ਗੱਲ ਨਹੀਂ। ਅਸੀਂ ਕਹਿੰਦੇ ਵੀ ਕੰਮ ਕਰਨਾ ਸਰਕਾਰ ਦੇ ਮੁਲਾਜ਼ਮਾਂ ਦੀ ਡਿਊਟੀ ਆ, ਪਰ ਉਹਨਾਂ ਨੂੰ ਪ੍ਰੋਟੈਕਟ ਤਾਂ ਕਰੋ ਨਾ, ਉਹਨਾਂ ਨੂੰ ਮਾਰਨਾ ਥੋੜ੍ਹਾ, ਇੱਕ ਨੂੰ ਬਚਾਉਣ ਵਾਸਤੇ ਇੱਕ ਨੂੰ ਮਾਰ ਦਈਏ, ਕਿੱਥੇ ਲਿਖਿਆ? ਸੋ ਇਸ ਕਰਕੇ ਉਹਨਾਂ ਨੂੰ ਪੂਰਾ ਸਾਜੋ ਸਮਾਨ ਦਿਓ ਤਾਂ ਜੋ ਉਹ ਲੋਕਾਂ ਵਿੱਚ ਜਾ ਕੇ ਸਰਵੇ ਵੀ ਕਰ ਸਕਣ, ਉਹ ਲੋਕਾਂ ਦੇ ਜਿਹੜੇ ਕੋਈ ਬਿਮਾਰ ਨੇ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਸਕਣ, ਆਪਣਾ ਜੀਵਨ ਵੀ ਸੇਫ ਰੱਖਣ, ਉਹਨਾਂ ਦੇ ਵੀ ਪਰਿਵਾਰ ਨੇ, ਉਹਨਾਂ ਦੇ ਵੀ ਬੱਚੇ ਨੇ। ਸੋ ਹਰੇਕ ਬੰਦਾ ਜ਼ਿੰਦਗੀ ਚਾਹੁੰਦਾ। ਸੋ ਇਸ ਕਰਕੇ ਹਰੇਕ ਬੰਦੇ ਨੂੰ ਅੱਜ, ਹਰ ਇੱਕ ਬੰਦਾ ਆਪ ਹੀ ਆਪਣੇ ਜ਼ਿੰਮੇਵਾਰ ਆ, ਆਪਣੇ ਆਪਣਾ ਵਿਚਾਰ ਰੱਖੋ। ਸਰਕਾਰ ਸਕੂਲ ਦੇ ਭਰੋਸੇ ਨਹੀਂ, ਸਰਕਾਰ ਕੋਈ ਨਹੀਂ ਹੈ ਇੱਥੇ। ਸੋ ਸਾਡੇ ਨਾਲ ਮੌਜੂਦ ਹੈ ਢਿੱਲੋਂ ਸਾਹਿਬ, ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਦਾ ਸਪਸ਼ਟ ਤੌਰ 'ਤੇ ਕਹਿਣਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਸਰਕਾਰ ਦੇ ਭਰੋਸੇ ਨਾ ਰਿਹਾ ਜਾਵੇ। ਜੋ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਹਦਾਇਤਾਂ ਹੈ, ਮਾਸਕ ਪਾ ਕੇ ਰੱਖਣਾ ਹੈ ਔਰ ਆਪਣਾ ਜੋ ਦੂਰੀ ਬਣਾ ਕੇ ਰੱਖਣੀ ਹੈ, ਜਿਸ ਤਰ੍ਹਾਂ ਵੀ ਤੁਹਾਨੂੰ ਹਦਾਇਤਾਂ ਹੈ ਉਹਨੂੰ ਤੁਸੀਂ ਫੋਲੋ ਕਰੋ, ਤਾਂ ਹੀ ਅਸੀਂ ਆਪਣੇ ਜਿਹੜੇ ਇਹ ਕਰੋਨਾ ਵਾਇਰਸ, ਖਤਰਨਾਕ ਵਾਇਰਸ ਤੋਂ ਬਚ ਸਕਦੇ ਹਾਂ। ਔਰ ਦੂਜੇ ਪਾਸੇ ਲੇਬਰ ਅਗਰ ਨਹੀਂ ਆਉਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਸਿੱਟੇ ਮਾੜੇ ਨਿਕਲ ਕੇ ਸਾਹਮਣੇ ਆਉਣਗੇ। ਕੈਮਰਾ ਪਰਸਨ ਹਿੰਮਤ ਸਿੰਘ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ ਲੁਧਿਆਣਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।